ਪੰਜਾਬ ਸਰਕਾਰ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਮਾਡਰਨ ਡਰਾਈਵਿੰਗ ਟ੍ਰੇਨਿੰਗ ਟਰੈਕ ਦੀ ਸਥਾਪਨਾ ਫਰੀਦਕੋਟ ਵਿੱਚ ਇਸ ਲਈ ਕੀਤੀ ਸੀ ਤਾਂ ਜੋ ਟਰਾਂਸਪੋਰਟ ਵਿਭਾਗ ਨਾਲ ਸੰਬੰਧਿਤ ਸੇਵਾਵਾਂ ਵਿੱਚ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਝੱਲਣੀ ਪਵੇ ਅਤੇ ਇੱਕੋ ਛੱਤ ਹੇਠ ਸਾਰੀਆਂ ਸੇਵਾਵਾਂ ਮਿਲ ਸਕਣ। ਪਰ ਇੱਥੇ ਇਸ ਤੋਂ ਬਿਲਕੁਲ ਉਲਟ ਹੋ ਰਿਹਾ ਹੈ। ਫਰੀਦਕੋਟ ਜ਼ਿਲ੍ਹੇ ਦਾ DTO ਦਫ਼ਤਰ ਇੰਨੀ ਦਿਨੀ ਕਾਫੀ ਚਰਚਾ ਵਿੱਚ ਹੈ ਅਤੇ ਇੱਥੇ ਕੰਮਕਾਜ ਕਰਵਾਉਣ ਆਏ ਲੋਕਾਂ ਦੇ ਮੂੰਹ ਇਹੀ ਗੱਲ ਨਿਕਲ ਰਹੀ ਹੈ ਕਿ ਇੱਥੇ ਸੁਵਿਧਾ ਘੱਟ ਅਤੇ ਦੁਵਿਧਾ ਜ਼ਿਆਦਾ ਹੈ। ਅੱਜ ਅਚਾਨਕ ਜਦੋਂ ਸਾਡੇ ਪੱਤਰਕਾਰ ਨੇ DTO ਦਫ਼ਤਰ ਦਾ ਦੌਰਾ ਕੀਤਾ ਤਾਂ ਉਸਨੇ ਪਾਇਆ ਕਿ DTO ਦਫ਼ਤਰ ਵਿੱਚ ਲੋਕ ਆਪਣੇ ਕੰਮਕਾਜ ਕਰਵਾਉਣ ਲਈ ਮੁਲਾਜ਼ਮਾਂ ਦੀ ਉਡੀਕ ਕਰ ਰਹੇ ਸਨ ਅਤੇ ਮੁਲਾਜ਼ਮ ਬਿਜਲੀ ਦੀ ਉਡੀਕ ਵਿੱਚ ਸਨ। ਜ਼ਿਕਰਯੋਗ ਹੈ ਕਿ DTO ਦਫ਼ਤਰ ਵਿੱਚ ਨਾ ਤਾਂ ਪੀਣ ਵਾਲਾ ਪਾਣੀ ਦਾ ਕੋਈ ਖਾਸ ਪ੍ਰਬੰਧ ਹੈ ਅਤੇ ਨਾ ਹੀ ਜਨਰੇਟਰ ਦਾ। ਜਦ ਲਾਈਟ ਚਲੀ ਜਾਂਦੀ ਹੈ ਤਾਂ ਦਫ਼ਤਰ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਜਾਂਦਾ ਹੈ ਅਤੇ ਕੰਮਕਾਜ ਕਰਵਾਉਣ ਲਈ ਦੂਰ ਦੁਰਾਡੇ ਤੋਂ ਆਏ ਲੋਕਾਂ ਨੂੰ ਲਾਈਟ ਆਉਣ ਤੱਕ ਭੁੱਖੇ ਪਿਆਸੇ ਉਡੀਕ ਕਰਨੀ ਪੈਂਦੀ ਹੈ। ਇੱਥੇ ਕੰਮ ਕਰਵਾਉਣ ਆਏ ਲੋਕਾਂ ਨੂੰ ਘੰਟਿਆਂ ਬੱਧੀ ਲਾਈਨਾਂ ਵਿੱਚ ਖੜਨਾ ਪੈਂਦਾ ਹੈ ਅਤੇ ਅੱਤ ਦੀ ਗਰਮੀ ਵਿੱਚ ਪੱਖਿਆਂ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਮੌਕੇ ਆਪਣਾ ਕੰਮਕਾਜ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਨੂੰ ਲਰਨਿੰਗ ਲਾਇਸੈਂਸ ਬਣਾਉਣ ਵਾਲੀਆਂ ਫਾਈਲਾਂ ਹੀ ਨਹੀਂ ਮਿਲ ਰਹੀਆਂ ਅਤੇ ਉਹਨਾਂ ਨੂੰ ਹਰ ਰੋਜ਼ ਖੱਜਲ ਖੁਆਰ ਹੋਣਾ ਪੈਂਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸ਼ੁਰੂ ਕੀਤੀਆਂ ਇਹਨਾਂ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਨ ਅਤੇ ਆਪਣੇ ਕੰਮਕਾਜ ਵਿੱਚ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਸਰਕਾਰ ਕੀ ਕਦਮ ਉਠਾਉਂਦੀ ਹੈ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਜਗ ਸੇਵਕ, ਵੈਬ ਟੀਵੀ। ਮੈਂ ਜੀ ਆਪਣੇ ਫਰੀਦਕੋਟ ਤੋਂ ਦਾ ਵਾਸੀ ਹਾਂ ਅਤੇ ਮੈਂ ਆਪਣੇ ਲਾਇਸੈਂਸ ਰਿਨਿਊ ਕਰਨ ਵਾਸਤੇ ਆਪਣੀ ਫਾਈਲ ਜਮ੍ਹਾਂ ਕਰਾਉਣਾ ਆ। ਪਰ ਇੱਥੇ ਲਾਈਟ ਨਾ ਹੋਣ ਕਰਕੇ ਕੋਈ ਜਨਰੇਟਰ ਦਾ ਬੰਦੋਬਸਤ ਨਹੀਂ ਹੈ ਅਤੇ ਸਾਡੇ ਜਿੰਨੇ ਵੀ ਇੱਥੇ ਆਪਣੇ DTO ਆਫਿਸ 'ਚ ਕੰਮ ਕਰਨ ਵਾਲੇ ਆ ਉਹ ਅਸਮਰਥ ਹੈ ਸਾਡਾ ਕੰਮ ਕਰਨ 'ਤੇ। ਸਾਡੀ ਬੇਨਤੀ ਹੈ ਕਿ ਐਸੇ ਇਹਨਾਂ ਹਾਲਾਤਾਂ ਵਿੱਚ ਆਲਟਰਨੇਟਰ ਕੋਈ ਅਰੇਂਜਮੈਂਟ ਕੀਤਾ ਜਾਵੇ। ਨਾ ਪੱਖੇ, ਕਿਸੇ ਪੱਖੇ ਦਾ ਪ੍ਰਬੰਧ ਨਹੀਂ, ਨਾ ਬਰਵਾਂਡੇ 'ਚ ਪੱਖੇ ਦਾ ਪ੍ਰਬੰਧ, ਨਾ ਹੀ ਕੋਈ ਐਸਾ ਗਰਮੀ ਦੇ ਵਿੱਚ ਕੋਈ ਐਸੀ ਵਾਟਰ ਸੁਵਿਧਾ ਹੈ ਵੀ ਜਿਹੜਾ ਆਦਮੀ ਪਾਣੀ ਪੀ ਸਕੇ, ਨਾ ਕਿ ਕੋਈ ਹੈ। ਸਾਡੀ ਇਹ ਪੁਰਯੋਗ ਅਪੀਲ ਹੈ ਸਰਕਾਰ ਅੱਗੇ ਕਿ ਜੇ ਸੁਵਿਧਾ ਸੈਂਟਰ ਬਣਾਇਆ ਤਾਂ ਉੱਥੇ ਵਿੱਚ ਸਾਰੀਆਂ ਸੁਵਿਧਾਵਾਂ ਹੋਣੀਆਂ ਚਾਹੀਦੀਆਂ। ਸਾਡੇ ਲਾਇਸੈਂਸਿਤ ਫਰੀਦਕੋਟ ਬਣਾਇਆ ਸੀਗਾ, ਉਹਦੀ ਵੈਰੀਫਿਕੇਸ਼ਨ ਮੰਗੀ ਹੈ ਇਹਨਾਂ ਨੇ। ਇੱਥੋਂ ਦਾ ਬਣਿਆ, ਉਹ ਵੈਰੀਫਿਕੇਸ਼ਨ ਕਿਉਂ ਮੰਗ ਰਿਹਾ ਦੁਬਾਰਾ? ਦੂਜੇ ਨੰਬਰ 8 ਦਿਨ ਹੋ ਗਏ ਮੈਨੂੰ, ਹਰ ਰੋਜ਼ ਮੁੜ ਜਾਂਦਾ ਮੈਂ 100 ਰੁਪਇਆ ਕਿਰਾਇਆ ਲਾਉਂਦਾ, ਠੀਕ ਹੈ ਨਾ ਜੀ, ਮੇਰਾ ਕੰਮ ਨਹੀਂ ਹੋ ਰਿਹਾ ਹੈਗਾ, ਠੀਕ ਹੈ ਨਾ। ਅਤੇ ਮੇਰੀ ਇਹ ਲੜਕੇ ਨੇ ਕਰਨਾ ਕੀ ਕਹਿੰਦੇ ਜੀ? ਉਹ ਪਹਿਲੇ ਦਿਨ ਤਾਂ ਮੁੰਡਾ ਕੋਰਟ ਸੀਗਾ, ਕੋਰਟ ਤੋਂ ਬਾਅਦ ਕੱਲ੍ਹ ਮੁਕਤਸਰ ਪਾਸੋਂ ਮੁਕਤਸਰ ਚਲਾ ਗਿਆ, ਠੀਕ ਹੈ ਨਾ। ਮੈਂ ਹਰ ਰੋਜ਼ ਜਾਣਾ, ਮੇਰਾ ਕੰਮ ਨਹੀਂ ਹੋ ਰਿਹਾ। ਮੈਂ ਰਿਕੁਐਸਟ ਕਰਦਾ ਇਸ ਕਾਰਨ ਨੂੰ ਵੀ ਇੱਥੇ ਕਲਰਕ ਸੁਵਿਧਾ ਵਧਾਈ ਜਾਵੇ ਸੱਚੇ ਪਾਤਸ਼ਾਹ, ਠੀਕ ਹੈ ਨਾ। ਅਸੀਂ ਲਾਇਸੈਂਸ ਬਣਾਉਣ ਆਏ ਹਾਂ ਜੀ, ਅਤੇ ਇੱਥੇ ਬਿਜਲੀ ਨਾ ਹੋਣ ਕਰਕੇ ਖੱਜਲ ਖੁਆਰੀ ਬਹੁਤ ਜ਼ਿਆਦਾ ਆ, ਖੜਨਾ ਬਹੁਤ ਮੁਸ਼ਕਲ ਆ ਜੀ। ਪੱਖੇ ਪੁੱਖਾਂ ਦਾ ਕੋਈ ਪ੍ਰਬੰਧ ਨਹੀਂ, ਸਾਰੇ ਬਹੁਤ ਔਖੇ ਜੀ। ਇੱਥੇ ਮੈਂ ਜਮ੍ਹਾਂ ਕਰਾਇਆ ਸੀਗਾ ਲਾਇਸੈਂਸ ਵਾਸਤੇ ਬੇੜੇ ਦਾ, 4 ਮਹੀਨੇ ਹੋ ਗਏ, ਪਹਿਲਾਂ ਤਾਂ ਫੋਟੋ ਹੀ ਗੁਆ ਤੀ ਅਤੇ ਅਜੇ ਤੱਕ ਨਹੀਂ ਮਿਲਿਆ ਗਾ ਸਾਨੂੰ ਜੀ। ਅੱਜ 16 ਦਿਨ ਹੋ ਗਿਆ ਲਾਇਸੈਂਸ ਨਿਊ ਕਰਾਉਣਾ ਸੀਗਾ, 16-17 ਦਿਨ ਹੋ ਗਿਆ ਭਕਾਈ ਕਰਾਈ ਜਾਂਦਾ ਉਹਨੂੰ, ਵਿੱਚੋਂ ਫਾਈਲ ਦੇ ਵਰ ਕੇ ਪੱਟ ਲੈਂਦੇ, ਸਵੇਰੇ ਆ ਜਾਵੇ ਪਰਸੋਂ ਆ ਜਾਵੇ। ਹਾਂ ਹਰੀ ਕ੍ਰਿਸ਼ਨ ਜੀ, ਇਹ ਆਉਂਦਾ ਕਹਿ ਦਿੰਦਾ ਦਿਨਾ ਹੁਣ ਦਿਨਾ ਭਰ ਕੇ ਦਿੰਦੇ ਨਾ। ਮੈਂ ਜੀ ਕੱਚੇ ਲਾਇਸੈਂਸ ਦੀ ਫਾਈਲ ਲੈਣ ਆਇਆ ਸੀਗਾ, ਮੈਨੂੰ 3 ਦਿਨ ਹੋ ਗਏ ਲਗਾਤਾਰ ਗੇੜੇ ਮਾਰਦੇ ਨੂੰ, ਅਤੇ ਹਰ ਰੋਜ਼ ਕਹਿ ਦਿੰਦੇ ਆ ਫਾਈਲ ਆਈ ਨਹੀਂ ਗਈ ਆਈ ਨਹੀਂ। ਅੱਜ ਵੀ ਸੁਬਹਾ ਮੈਂ 9 ਵਜੇ ਦਾ ਆਇਆ ਮੈਂ, ਅਤੇ 11 ਵਜ ਗਏ ਹਾਲ ਤੱਕ ਕਹਿੰਦੇ ਫਾਈਲ ਪਹੁੰਚੀ ਨਹੀਂ ਇੱਥੇ। 5 ਕਲਾਂ ਤੋਂ ਆਉਣਾ ਮੈਂ, ਹਰ ਰੋਜ਼ 100 ਦਾ ਤੇਲ ਫੂਕ ਕੇ। ਜਿਹੜਾ ਤਾਂ ਜਨਰੇਟਰ ਦੀ ਤੁਸੀਂ ਗੱਲ ਕੀਤੀ, ਉਹ ਸਮਾਰਟ ਚਿਪ ਕੰਪਨੀ ਆ ਜਿਹਦਾ ਟਾਇਆ ਆਪਾਂ ਟਰਾਂਸਪੋਰਟ ਡਿਪਾਰਟਮੈਂਟ ਨੂੰ, ਉਹਨਾਂ ਨਾਲ ਆਪਾਂ ਲਿਖਤੀ ਤੌਰ 'ਤੇ ਵੀ ਕਿਹਾ ਹੋਇਆ ਉਹਨਾਂ ਨੂੰ ਜਨਰੇਟਰ ਪ੍ਰੋਵਾਈਡ ਕਰਨ ਲਈ, ਪਲੱਸ ਮੀਟਿੰਗ ਹੈਗੀ ਆ ਫਰਾਈਡੇ ਨੂੰ ਜਿੱਥੇ ਪੁਆਇੰਟ ਡਿਸਕਸ ਹੋਣਗੇ ਕਿ ਕੀ ਫੈਸਿਲਿਟੀਜ਼ ਉਹਨਾਂ ਨੇ ਨਹੀਂ ਦਿੱਤੀਆਂ। ਡਰਿੰਕਿੰਗ ਵਾਟਰ ਦਾ ਬਿਲਡਿੰਗ ਤਿਆਰ ਹੋ ਰਹੀ ਹੈ ਤਾਂ ਹਫ਼ਤੇ ਦੇ ਵਿੱਚ ਅਰੇਂਜਮੈਂਟ ਹੋ ਜੂਗਾ। ਟੈਂਪਰੇਰੀ ਤੌਰ 'ਤੇ ਕੈਂਪਰਸ ਵਗੈਰਾ ਦਾ ਅਰੇਂਜਮੈਂਟ ਕੀਤਾ ਹੋਇਆ। ਔਰ ਤੀਸਰਾ, ਜਿਹੜੀਆਂ ਲਰਨਿੰਗ ਲਾਇਸੈਂਸ ਦੀਆਂ ਫਾਈਲਸ ਜਿਹੜੀਆਂ ਰਹਿ ਗਈਆਂ ਨਹੀਂ ਹੈਗੀਆਂ, ਉਹ ਅਸੀਂ ਕੋਟਕਪੂਰੇ SDM ਆਫਿਸ ਤੋਂ ਮੰਗਾ ਰਹੇ ਹਾਂ ਟੈਂਪਰੇਰੀਲੀ। ਫਰਾਈਡੇ ਨੂੰ ਮੈਂ ਆਪ ਜਾ ਕੇ
ਗੱਡੀ ਭੇਜ ਕੇ ਫਾਈਲਸ ਜਿੰਨੀਆਂ ਚਾਹੀਦੀਆਂ ਲੈ ਆਊਂਗਾ। ਪਲੱਸ ਮੈਂ ਇੱਕ ਰਜਿਸਟਰ ਵੀ ਕਰਾ ਦਿੱਤਾ ਮੇਨਟੇਨ ਕਿ ਸਟੋਕ ਖਤਮ ਹੋਣ ਤੋਂ 2 ਹਫ਼ਤੇ ਪਹਿਲਾਂ ਸਾਨੂੰ ਇਨਫੋਰਮ ਕੀਤਾ ਜਾਵੇ।